ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਫਿਰੋਜ਼ਪੁਰ ਡੀਸੀ ਦਫ਼ਤਰ ਦੇ ਬਾਹਰ ਮਮਦੌਟ ਦੇ ਪਿੰਡ ਟਿੱਬੀ ਕਲਾਂ ਤੋਂ 3 ਟਰਾਲੀਆਂ ਭਰ ਕੇ ਆਵਾਰਾ ਪਸ਼ੂ ਛੱਡ ਗਏ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਦੇ ਏਡੀਸੀ ਸਾਗਰ ਸੇਤੀਆ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਸੰਬੰਧੀ ਵੀ ਲਿਖਿਆ ਗਿਆ ਸੀ। ਪਰ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਹੈ ਕਿ ਏਡੀਸੀ ਸਾਹਿਬ ਨੇ ਫਰੀਦਕੋਟ ਦੀ ਗਊਸ਼ਾਲਾ ਵਿੱਚ ਇਹਨਾਂ ਪਸ਼ੂਆਂ ਨੂੰ ਛੱਡਣ ਵਾਸਤੇ ਕਹਿ ਦਿੱਤਾ, ਪਰ ਸਾਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਦਿੱਤਾ ਗਿਆ ਹੈ। ਇਸ ਕਰਕੇ ਅਸੀਂ ਇਹ ਪਸ਼ੂ ਅੱਜ ਡੀਸੀ ਦਫ਼ਤਰ ਦੇ ਬਾਹਰ ਹੀ ਛੱਡ ਰਹੇ ਹਾਂ। ਜੇਕਰ ਅਸੀਂ ਇਹ ਪਸ਼ੂ ਫਰੀਦਕੋਟ ਲੈ ਕੇ ਜਾਂਦੇ ਹਾਂ ਤਾਂ ਬਿਨਾਂ ਸਰਕਾਰੀ ਚਿੱਠੀ ਪੱਤਰ ਤੋਂ ਉਹ ਗਊਸ਼ਾਲਾ ਵਾਲੇ ਕਿਤੇ ਵਾਪਸ ਹੀ ਨਾ ਮੋੜ ਦੇਣ। ਡੀਸੀ ਆਫਿਸ ਦੇ ਵਿੱਚ ਗਊਆਂ ਲੈ ਕੇ ਟਰਾਲੀਆਂ ਭਰ ਕੇ, ਇਹ ਕੀ ਸਮੱਸਿਆ ਹੈ? ਇਹ ਜੀ ਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਦੇ ਵਿੱਚ ਸਾਰੇ ਹੀ ਆ, ਪਰ ਖਾਸ ਕਰਕੇ ਜਿਹੜਾ ਬਾਰਡਰ ਬਿਲਟ ਹੈ ਮਲਦੋਟ ਏਰੀਆ, ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ। ਸਾਨੂੰ ਜਿਹੜੀਆਂ ਗਾਵਾਂ ਲੈ ਕੇ ਆਏ ਹਾਂ ਅਸੀਂ 3-4 ਟਰਾਲੀਆਂ ਦੇ ਵਿੱਚ, ਤਕਰੀਬਨ 25-26 ਪਸ਼ੂ ਹਨ। ਇਹ ਜਿੱਧਰ ਨੂੰ ਵੀ ਪੈਂਦੇ ਨੇ, ਇਹ ਸਰਕਾਰ ਜੀ ਬਿਲਕੁਲ ਐਂ ਫਰਾਹ ਹੀ ਕਰੀ ਜਾਂਦੇ ਨੇ। ਕਣਕ ਦੀ ਫਸਲ ਆ, ਉਹਨੂੰ ਬਿਲਕੁਲ 2-3 ਕਿੱਲੇ ਤਾਂ ਰੋਜ਼ ਦੇ ਰਗੜ ਹੀ ਜਾਂਦੇ ਆ ਇਹ। ਅਸੀਂ ਗਊਸ਼ਾਲਾ ਜਿਹੜਾ ਮਮਦੋਟ ਹੈ ਉਹਨਾਂ ਨਾਲ ਸੰਪਰਕ ਕੀਤੀ, ਉਹਨਾਂ ਆਖਿਆ ਸਾਡੇ ਕੋਲ ਕੋਈ ਬਜਟ ਨਹੀਂ ਹੈਗਾ, ਅਸੀਂ ਗਾਵਾਂ ਨੂੰ ਬਿਲਕੁਲ ਨਹੀਂ ਸੰਭਾਲ ਸਕਦੇ। ਇਸ ਕਰਕੇ ਅਸੀਂ ਤਾਂ ਕਰਕੇ ਟਰਾਲੀਆਂ ਭਰ ਕੇ ਇੱਥੇ ਲਿਆਏ ਹਾਂ, ਤਾਂ ਕਿ ਕੋਈ ਕੱਲ੍ਹ ਨੂੰ ਜ਼ਿਮੀਂਦਾਰ ਅੱਕਿਆ ਹੋਇਆ, ਦੁਖੀ ਹੋਇਆ, ਕੱਕੜ ਦੀਆਂ ਰਾਤਾਂ ਚੱਲਦਾ ਹੋਇਆ ਕਿਸੇ ਪਸ਼ੂ ਨੂੰ 60 ਫੇਟ ਮਾਰ ਬੈਠਾ ਅਤੇ ਉਹ ਮਜ਼ਬੀ ਰੰਗ ਦੇ ਵਿੱਚ ਆ ਜਾਂਦਾ ਆ, ਸਾਡੀ ਜੀ ਇਹ ਗਊ ਮਾਤਾ ਨੂੰ ਇਸ ਤਰ੍ਹਾਂ ਕੀਤਾ। ਸ਼੍ਰੀਮਾਨ ਜੀ ਜ਼ਿਮੀਂਦਾਰ ਬਹੁਤ ਭਾਰੀ ਤੰਗੀ ਦੇ ਵਿੱਚ ਹੈ। ਇੱਕ ਤਾਂ ਸਾਨੂੰ ਫਸਲਾਂ ਦੇ ਭਾਅ ਸਹੀ ਨਹੀਂ ਮਿਲਦੇ, ਦੂਜੇ ਨੰਬਰ 'ਤੇ ਆਵਾਰਾ ਪਸ਼ੂ ਇੰਨੇ ਕੁ ਨੇ ਪਿੰਡਾਂ ਦੇ ਵਿੱਚ, ਇਹ ਇੱਕ ਪਿੰਡ ਦੇ ਪਸ਼ੂ ਆਏ ਆ ਜੀ, ਹਰ ਪਿੰਡ ਦੇ ਵਿੱਚ 20-20 25-25 10-10 15-15 ਪਸ਼ੂ ਆਵਾਰਾ ਫਿਰਦੇ ਨੇ। ਇਹ ਕੀ ਕਰਦੇ ਨੇ, ਲੋਕ ਰੱਸਾ ਲਾ ਦਿੰਦੇ ਨੇ, ਕਿਸੇ ਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ, ਕੋਈ ਸਰਕਾਰ ਕਿਉਂ ਨਹੀਂ ਇਹਨਾਂ ਦੇ ਕਾਬੂ ਕਰਦੀ? ਜਦੋਂ ਕਿ ਰਹੀ ਬਜਟ ਦੀ ਗੱਲ, ਪੈਸੇ ਦੀ ਗੱਲ, ਸਾਡੇ ਬਿਜਲੀ ਬਿੱਲਾਂ ਦੇ ਵਿੱਚ ਗਊਸ਼ਾਲਾ ਦਾ ਫੰਡ ਲੱਗ ਕੇ ਆਉਂਦਾ, ਉਹ ਫੰਡ ਇਹਨਾਂ ਨੂੰ ਗਊਸ਼ਾਲਾ ਨੂੰ ਕਿਉਂ ਨਹੀਂ ਦਿੱਤਾ ਜਾਂਦਾ? ਇਹ ਵਾਰਾ ਪਸ਼ੂ ਕਿਉਂ ਫਿਰਦੇ ਹਨ? ਇਹ ਸਰਕਾਰ ਇਹਨਾਂ ਨੂੰ, ਅਸੀਂ ਡੀਸੀ ਸਾਹਿਬਾਨਾਂ ਨੂੰ ਬਹੁਤ ਵਾਰੀ ਬਰਬਰੀ ਤੌਰ 'ਤੇ ਆਖ ਬੈਠੇ ਹਾਂ, ਲਿਖ ਕੇ ਵੀ ਦੇ ਬੈਠੇ ਹਾਂ ਕਿ ਵਾਰਾ ਜਿਹੜੇ ਪਸ਼ੂ ਹੈ ਇਹਨਾਂ ਦੀ ਬਹੁਤ ਵੱਡੀ ਸਮੱਸਿਆ, ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਪਰ ਕਿਸੇ ਪ੍ਰਸ਼ਾਸਨ ਦੇ ਕਿਸੇ ਦੇ ਵੀ ਕੰਨ 'ਤੇ ਜੂ ਨਹੀਂ ਸਰਕੀ। ਇਸ ਕਰਕੇ ਅਸੀਂ ਬਹੁਤ ਵੱਡੀ ਦੁਖੀ ਹਾਂ, ਅਸੀਂ ਤਾਂ ਕਰਕੇ ਗਊਆਂ ਲੈ ਕੇ ਆਏ ਹਾਂ। ਹੁਣ ਸੁਣਿਆ ਸਾਡੇ ਕੁਛ ਬੰਦੇ ਸਾਡੇ ਮੋਹਤਵਾਰ ਡੀਸੀ ਸਾਹਿਬ ਨੂੰ ਮਿਲਣ ਗਏ ਸੀ, ਡੀਸੀ ਸਾਹਿਬ ਤਾਂ ਨਹੀਂ ਮਿਲੇ, ਪਰ ਜਿਹੜੇ ਏਡੀਸੀ ਸਾਹਿਬ ਹੈ ਉਹਨਾਂ ਨੇ ਗੋਂਗਲਾਂ ਤੋਂ ਮਿੱਟੀ ਝਾੜ ਦਿੱਤੀ ਆ ਕਿ ਜੀ ਅਸੀਂ ਸਾਡੀ ਟੈਲੀਫੋਨ 'ਤੇ ਗੱਲ ਹੋ ਗਈ ਆ ਫਰੀਦਕੋਟ ਗਊਸ਼ਾਲਾ ਦੇ ਨਾਲ, ਉੱਥੇ ਛੱਡ ਆਓ। ਸਾਡੀ ਇਹ ਮੰਗ ਆ ਏਡੀਸੀ ਸਾਹਿਬ ਨੂੰ, ਇੱਕ ਬੇਨਤੀ ਆ ਵੀ ਜੇ ਗਊਸ਼ਾਲਾ ਫਰੀਦਕੋਟ ਨੂੰ ਛੱਡਣ ਦਾ ਹੁਕਮ ਹੈ, ਉਹਨਾਂ ਨਾਲ ਤੁਹਾਡੀ ਗੱਲਬਾਤ ਹੈ, ਤਾਂ ਸਾਨੂੰ ਕੋਈ ਚਿੱਠੀ ਦਿੱਤੀ ਜਾਵੇ, ਸਾਨੂੰ ਕੋਈ ਲੈਟਰ ਦਿੱਤਾ ਜਾਵੇ, ਉਹ ਨਾ ਹੋਵੇ ਅਸੀਂ ਇੱਥੋਂ ਲੈ ਕੇ ਜਾਈਏ ਦੂਜਾ ਜ਼ਿਲ੍ਹਾ। ਉਹ ਆਖਰ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ ਅਤੇ ਅਸੀਂ ਖੱਜਲ ਖਰਾਬ ਹੋਈਏ, ਅਸੀਂ ਤਾਂ ਇਸੇ ਕਰਕੇ ਕਰਦੇ, ਅਸੀਂ ਅੱਗੇ ਬਹੁਤ ਦੁਖੀ ਹਾਂ ਜੀ। ਅਤੇ ਕੋਈ ਜਾਣ ਬੁੱਝ ਕੇ ਜਾਂ ਚਾਵਾਂ ਰੀਝਾਂ ਦੇ ਨਾਲ ਅਸੀਂ ਨਹੀਂ ਲੈ ਕੇ ਆਏ, ਭਾਰੀ ਗਿਣਤੀ ਕਹਿ ਨਹੀਂ ਸਕਦੇ ਵੀ ਜਿੱਡਾ ਅਸੀਂ ਦੁਖੀ ਹਾਂ। ਸਰਦਾਰ ਜੀ ਇਹਨਾਂ ਅਫਸਰਾਂ ਨੂੰ, ਡੀਸੀ ਸਾਹਿਬ ਨੂੰ, ਪ੍ਰਸ਼ਾਸਨ ਦੇ ਅਫਸਰਾਂ ਨੂੰ ਕੜਕਦੀ ਧੁੱਪ ਸਰਦੀ ਦੇ ਵਿੱਚ, ਰਾਤ ਨੂੰ ਕੱਕਰ ਦੇ ਵਿੱਚ ਸਾਨੂੰ ਅੱਧੀ ਅੱਧੀ ਰਾਤ 'ਤੇ ਸਰਦਾਰ ਜੀ ਪਹਿਰਾ ਦੇਣਾ ਪੈਂਦਾ, 3-3 ਸ਼ਿਫਟਾਂ ਲਾਉਣੀਆਂ ਪੈਂਦੀਆਂ ਸਾਨੂੰ, ਜਿਹੜਾ ਕਿ ਪਸ਼ੂਆਂ ਦੇ ਮਗਰ ਗਿੱਲੀਆਂ ਪੈਲੀਆਂ ਦੇ ਵਿੱਚ ਅਸੀਂ ਭੱਜਦੇ ਹਾਂ। ਬਹੁਤ ਵੱਡੀ ਸਾਡੀ ਸਮੱਸਿਆ ਆ, ਕਿਰਪਾ ਕਰਕੇ ਜਾਂ ਤਾਂ ਕੋਈ ਹੱਲ ਕੀਤਾ ਜਾਵੇ, ਇਹ ਜਿਹੜੇ ਪਸ਼ੂ ਆ ਇਹਨਾਂ ਨੂੰ ਇੱਥੇ ਹੀ ਡੀਸੀ ਦਫ਼ਤਰ ਦੇ ਉੱਤੇ ਲਵਾਇਆ ਜਾਵੇ, ਅਤੇ ਤਾਂ ਕਿ ਅਸੀਂ ਬਈ ਆਪਦੀ ਸੁੱਖ ਦੀ ਨੀਂਦ ਸੌਂ ਸਕੀਏ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਹਾ ਵੀ ਇਹ ਹੱਲੇ ਸਿਰਫ ਇੱਕ ਪਿੰਡ ਦੇ ਪਸ਼ੂ ਨੇ ਜੀ, ਕਿਹੜੇ ਪਿੰਡ ਤੋਂ ਆਏ ਤੁਸੀਂ? ਇਹ ਪਿੰਡ ਥਾਣਾ ਮਮਦੋਟ ਟਿੱਬੀ ਕਲਾਂ ਦੇ ਸਿਰਫ ਇੱਕੋ ਪਿੰਡ ਦੇ ਸਾਰੇ ਹੈਗੇ, ਜਿੰਨੇ ਵੀ ਹੈਗੇ ਆ, ਇਹਨਾਂ ਦੀ ਗਿਣਤੀ ਕੀਤੀ ਜਾਵੇ ਇਹ 26-27 ਭਾਰੂ ਨੇ ਨਿੱਕੇ ਵੱਡੇ ਪਾ ਕੇ। ਇਸ ਤੋਂ ਇਲਾਵਾ ਜਿਹੜੇ ਆਸ ਪਾਸ ਦੇ ਹੋਰ ਪਿੰਡ ਹੈ ਉਹਨਾਂ ਵਿੱਚ ਵੀ ਇਹੀ ਸੇਮ ਸਮੱਸਿਆ? ਦੇਖੋ ਜੀ ਬਿਲਕੁਲ ਸੇਮ ਇਹੀ ਸਮੱਸਿਆ ਜੀ, ਹਰ ਪਿੰਡ ਦੇ ਵਿੱਚ ਕਿਸੇ 'ਚ 25 ਫਿਰਦੇ ਨੇ, ਕਿਸੇ 'ਚ 15 ਫਿਰਦੇ ਨੇ, ਹਰ ਪਿੰਡ, ਕੋਈ ਐਸਾ ਪਿੰਡ ਨਹੀਂ ਹੈਗਾ
ਜਿਹੜਾ ਕਿ 12 ਪਸ਼ੂਆਂ ਤੋਂ ਤੰਗ ਨਾ ਹੋਵੇ। ਕੀ ਤੁਸੀਂ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਦਿਆਲ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੋਨ ਮੰਦੋੜ ਦਾ ਮੈਂ ਕੈਸ਼ੀਅਰ ਹਾਂ। ਇਸ ਕਰਕੇ ਮੋਤਵਾਰ ਹੋਣ ਕਰਕੇ ਸਰਾਰ ਜੀ ਸਾਨੂੰ ਇਹ ਸਮੱਸਿਆ ਸੁਣਨੀ ਪੈਂਦੀ ਆ, ਕਿਉਂ ਜਿਹੜਾ ਲੋਕਾਂ ਦੀ ਸਮੱਸਿਆ ਨਾ ਸੁਣਾਂਗੇ ਤਾਂ ਕੌਣ ਸੁਣੇਗਾ? ਪ੍ਰਸ਼ਾਸਨ ਦਾ ਕੁੰਭਕਰਨ ਦੀ ਨੀਤ ਸੁੱਤਾ ਹੋਇਆ ਆ, ਪਰ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਇਹ ਜਾ ਕੇ ਟੈਸ਼ਨ ਲੈ ਰਹੀਆਂ ਸਾਡੀਆਂ, ਜੋ ਕੁਛ ਐਕਸ਼ਨ ਲੈਂਦਾ। ਧੰਨਵਾਦ, ਇਹਦਾ ਕੋਈ ਹੱਲ ਕੀਤਾ ਜਾਵੇ, ਨਹੀਂ ਤਾਂ ਬਹੁਤ ਵੱਡਾ ਇਹਦਾ ਮਸਲਾ ਖੜ੍ਹਾ ਹੋ ਜਾਊਗਾ, ਬਹੁਤ ਵੱਡਾ ਇਹਦਾ ਸੰਘਰਸ਼ ਕੀਤਾ ਜਾਊਗਾ। ਧੰਨਵਾਦ ਜੀ।